ਜੋ ਆਪਾਂ ਅੱਜ ਕੱਲ੍ਹ ਬਾਹਰ ਦੇਖ ਰਹੇ ਹੈਗੇ, ਇੱਕ ਧੁੰਦ ਜੀ ਨਜ਼ਰ ਆ ਰਹੀ ਹੈਗੀ ਜਿਹੜੀ ਕਿ ਇਸ ਮੌਸਮ 'ਚ ਆਮ ਤੌਰ 'ਤੇ ਨਹੀਂ ਹੁੰਦੀ। ਇਹਦਾ ਕਾਰਨ ਹੈਗਾ ਜਦੋਂ ਕਿ ਹਵਾ ਦੇ ਵਿੱਚ ਬਹੁਤ ਸਾਰਾ ਪੋਲਿਊਸ਼ਨ ਹੋ ਜੇ ਅਤੇ ਹਵਾ ਦਾ ਬਹਾਓ ਘੱਟ ਹੋ ਜੇ ਅਤੇ ਪੋਲਿਊਟਨਸ ਜਿਹੜੇ ਹੈਗੇ ਉਹ ਹਵਾ 'ਚ ਹੀ ਟਿਕੇ ਰਹਿੰਦੇ ਹੈਗੇ ਅਤੇ ਹਵਾ ਉਹਨਾਂ ਨੂੰ ਉੱਥੋਂ ਉਡਾ ਕੇ ਨਹੀਂ ਲੈ ਕੇ ਜਾ ਸਕਦੀ। ਇਹਦਾ ਅਸਰ ਹੁੰਦਾ ਕਿ ਨਜ਼ਰ ਘੱਟ ਆਉਂਦਾ ਹੈਗਾ ਸੜਕਾਂ 'ਤੇ, ਇਸ ਕਰਕੇ ਐਕਸੀਡੈਂਟ ਵੱਧ ਜਾਂਦੇ ਹੈਗੇ। ਸਿਹਤ 'ਤੇ ਵੀ ਇਹਦੇ ਕਾਫੀ ਮਾੜੇ ਅਸਰ ਹੈਗੇ, ਮੇਨਲੀ ਇਹਦਾ ਫੇਫੜਿਆਂ 'ਤੇ ਅਸਰ ਹੁੰਦਾ ਹੈਗਾ ਅਤੇ ਦਮਾ ਵਗੈਰਾ ਜ਼ਿਆਦਾ ਹੋ ਜਾਂਦਾ ਹੈਗਾ। ਇਹ ਦੇਖਿਆ ਗਿਆ ਹੈਗਾ ਕਿ ਅੱਜ ਕੱਲ੍ਹ ਜਿਹੜੇ ਹੈਗੇ ਬੱਚੇ ਅਤੇ ਬਜ਼ੁਰਗ ਉਹ ਜ਼ਿਆਦਾ ਹਸਪਤਾਲ ਆ ਰਹੇ ਹੈਗੇ ਕਿਉਂਕਿ ਉਹਨਾਂ 'ਤੇ ਇਹਦਾ ਜ਼ਿਆਦਾ ਅਸਰ ਹੁੰਦਾ ਹੈਗਾ। ਸਮੋਗ ਦਾ ਅਸਰ ਦਿਲ 'ਤੇ ਵੀ ਹੁੰਦਾ ਹੈਗਾ, ਅੱਖਾਂ 'ਤੇ ਹੁੰਦਾ, ਗਲੇ 'ਤੇ ਹੁੰਦਾ ਹੈਗਾ ਅਤੇ ਬਹੁਤ ਸਾਰੇ ਹੋਰ ਜਗ੍ਹਾ ਦੇ ਉੱਤੇ ਸਰੀਰ ਦੇ ਵਿੱਚ ਵੀ ਇਹਦਾ ਪ੍ਰਭਾਵ ਪੈਂਦਾ ਹੁੰਦਾ। ਇਹਦੇ ਤੋਂ ਬਚਣ ਦੇ ਲਈ ਆਪਾਂ ਨੂੰ ਚਾਹੀਦਾ ਕਿ ਆਪਾਂ ਬਾਹਰ ਘੱਟ ਜਾਈਏ, ਜ਼ਿਆਦਾ ਤੋਂ ਜ਼ਿਆਦਾ ਆਪਾਂ ਅੰਦਰ ਰਹੀਏ ਅਤੇ ਇਹ ਬਾਹਰ ਜਾਣਾ ਹੀ ਹੋਵੇ ਅਤੇ ਕੋਸ਼ਿਸ਼ ਕਰੀਏ ਕਿ ਆਪਾਂ ਇਕੱਠੇ ਦੋ ਚਾਰ ਬੰਦੇ ਇਕੱਠੇ ਇੱਕੋ ਕਾਰ ਜਾਈਏ ਤਾਂ ਕਿ ਘੱਟ ਕਾਰਾਂ ਸੜਕ 'ਤੇ ਹੋਣ, ਘੱਟ ਪੋਲਿਊਸ਼ਨ ਹੋਵੇ। ਇਹਦੇ ਇਲਾਵਾ ਜਿਹੜਾ ਆਪਾਂ ਖਾਣਾ ਪੀਣਾ ਹੈਗਾ ਉਹ ਠੀਕ ਹੋਵੇ, ਆਪਾਂ ਨੂੰ ਤਾਜ਼ੇ ਫਲ ਵਗੈਰਾ ਲੈਣੇ ਚਾਹੀਦੇ ਹੈਗੇ ਜਿਹਨਾਂ ਕਿ ਵਿਟਾਮਿਨ ਸੀ ਜ਼ਿਆਦਾ ਹੋਵੇ। ਤੁਲਸੀ, ਅਦਰਕ ਅਤੇ ਲੈਮਨ, ਨਿੰਬੂ, ਇਹਨਾਂ ਦੇ ਨਾਲ ਜਿਹੜੀ ਆਪਣੀ ਇਮਿਊਨਿਟੀ ਬਣੀ ਰਹਿੰਦੀ ਹੈਗੀ। ਇਸ ਮੌਸਮ 'ਚ ਆਪਾਂ ਨੂੰ ਚਾਹੀਦਾ ਹੈਗਾ ਕਿ ਆਪਾਂ ਪਾਣੀ ਅਤੇ ਪਾਣੀ ਵਾਲੀਆਂ ਚੀਜ਼ਾਂ ਵੀ ਜ਼ਿਆਦਾ ਲਈਏ, ਜਿਵੇਂ ਚਾਹ, ਕੌਫੀ, ਲੱਸੀ, ਸ਼ਰਬਤ, ਸਕੰਜਵੀ, ਇਹ ਵੀ ਆਪਾਂ ਨੂੰ ਜ਼ਿਆਦਾ ਇਸਤੇਮਾਲ ਕਰਨੇ ਚਾਹੀਦੇ ਹੈਗੇ। ਸਮੋਕ ਘਟਾਉਣ ਦੇ ਲਈ ਇਹ ਬਹੁਤ ਜ਼ਰੂਰੀ ਹੈਗਾ ਕਿ ਆਪਾਂ ਪੋਲਿਊਟੈਂਟਸ ਜਿਹੜੇ ਹੈਗੇ ਉਹ ਹਵਾ 'ਚ ਘੱਟ ਕਰੀਏ ਜਾਂ ਘੱਟ ਪੈਦਾ ਕਰੀਏ ਆਪਾਂ, ਜਿਹਦੇ ਲਈ ਕਿ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈਗਾ ਅੱਗ ਲਗਾਉਣਾ, ਚਾਹੇ ਉਹ ਸਟਰੋ ਨੂੰ ਹੋਵੇ ਜਾਂ ਕਿਤੇ ਹੋਰ ਹੋਵੇ, ਘੱਟ ਤੋਂ ਘੱਟ ਹੋਵੇ। ਇਹਦੇ ਲਈ ਬਹੁਤ ਜ਼ਰੂਰੀ ਆ ਕਿ ਜਿਹੜੇ ਆਪਣੇ ਕਿਸਾਨ ਭਰਾ ਹੈਗੇ ਉਹਨਾਂ ਦੀ ਪ੍ਰੋਪਰ ਐਜੂਕੇਸ਼ਨ ਹੋਵੇ, ਉਹਨਾਂ ਨੂੰ ਦੱਸਿਆ ਜਾਏ ਅਤੇ ਗੌਰਮੈਂਟ ਵੀ ਉਹਨਾਂ ਦਾ ਸਹਿਯੋਗ ਕਰੇ ਤਾਂ ਕਿ ਉਹਨਾਂ 'ਤੇ ਕੋਈ ਇਕਨੋਮਿਕ ਬਰਡਨ ਨਾ ਪਵੇ। ਨਾ ਧਿਆਨ ਰੱਖੋ, ਸਤਿ ਸ਼੍ਰੀ ਅਕਾਲ।